ਜੀ ਜਿਹੜੇ ਆਪਣੇ ਸਰਕਾਰ ਖਾਤਿਆਂ ਦੇ ਵਿੱਚ ਪੈਸੇ ਪਾ ਰਹੇ ਲੇਬਰ ਕਾਰਡ ਦੇ ਜਿਹੜੇ ਕਾਰਡ ਬਣੇ ਸੀ ਉਹ ਤੁਹਾਡੇ ਬਣੇ ਨੇ ਜਾਂ ਨਹੀਂ ਬਣੇ ਹਜੇ ਤੱਕ? ਸਾਡਾ ਕੋਈ ਕਾਰਡ ਨਹੀਂ ਬਣਿਆ, 27 ਸਾਲ ਹੋ ਗਏ ਕੰਮ ਕਰਦਿਆਂ ਨੂੰ, ਕਦੀ ਕੋਈ ਪੈਸਾ ਨਹੀਂ ਆਇਆ। ਇਹ ਅੰਨੀ ਸਰਕਾਰ ਹੈ, ਅੰਨੀ। ਅੱਛਾ, ਸਰਕਾਰ ਕਿੰਨੇ ਕੋਈ ਤੁਹਾਨੂੰ ਸਹੂਲਤ ਜੀ, ਕੋਈ ਖਾਤੇ ਪੈਸਾ, ਕੋਈ ਸੌਦਾ ਪੱਤਾ ਜਾਂ ਕੋਈ ਹੋਰ? ਸਾਨੂੰ ਤਾਂ ਅੱਜ ਤੱਕ ਕੋਈ ਦਮੜੀ ਦਾ ਸਹੂਲਤ ਨਹੀਂ ਦਿੱਤੀ ਸਰਕਾਰ, ਇਸ ਸਰਕਾਰ, ਮੋਦੀ ਸਰਕਾਰ ਨੇ। ਅੱਛਾ ਜੀ, ਭੁੱਖੇ ਮਰਦੇ ਆ ਮਰੀਜ਼ ਆ, ਇਹਨੂੰ ਕੀ ਆ, ਆਪਦਾ ਬੈਠਾ ਗੱਦੀ ਦੇ ਉੱਤੇ। ਕੋਈ ਦਿਹਾੜੀ ਦਿਹੁੜੀ ਲੱਗ ਰਹੀ ਆ ਕੰਮ ਕਰ? ਆਨੇ ਆ, ਚਲੇ ਜਾਂਦੇ ਆ। ਅੱਛਾ ਜੀ, ਘਰ ਦੇ ਹਾਲਾਤ? ਘਰ ਦੇ ਹਾਲਾਤ, ਬੱਚੇ ਭੁੱਖੇ ਮਰਦੇ ਪਏ ਨੇ, ਇਹਨੂੰ ਲੋਕਡਾਊਨ ਦੀ ਪਈ ਆ। ਅੱਛਾ ਜੀ, ਹੋਰ ਦੱਸੋ, ਠੀਕ ਹੈ ਜੀ? ਇਹਨੂੰ ਜਦੋਂ ਤੋਂ ਮੰਗਣ ਨੂੰ ਤਾਂ ਭੱਜੇ ਆਉਂਦੇ ਆ, ਜਦੋਂ ਕੋਈ ਮਰਦਾ ਹੁੰਦਾ ਉਹ ਤਾਂ ਕੋਈ ਆਉਂਦਾ ਨਹੀਂ। ਅੱਛਾ ਜੀ, ਇਹ ਦੇਖੋ ਵੀ ਸਾਡੇ ਕਾਰਡ ਕਿੱਥੇ ਬਣਾਉਣ, ਕਿੱਥੇ ਦਫ਼ਤਰ ਬਣਾਉਣ, ਸਾਨੂੰ ਸਹੂਲਤਾਂ ਦਿੱਤੀਆਂ ਜਾਣ। ਉਹ ਬੱਠਲ ਚੱਕਣ ਵਾਲਿਆਂ ਨੂੰ ਸਹੂਲਤਾਂ ਮਿਲਦੀਆਂ, ਸਾਨੂੰ ਤਾਂ ਅੱਜ ਤੱਕ ਕੋਈ ਸਹੂਲਤ ਹੀ ਨਹੀਂ ਮਿਲੀ। ਠੀਕ ਹੈ ਜੀ, ਕਾਰਡ ਹੀ ਨਹੀਂ ਮਿਲਿਆ। ਅੱਛਾ ਜੀ, ਤੁਹਾਡੀ ਕੋਈ ਸੁਣਵਾਈ, ਕੋਈ ਆਪਣੀ ਸੁਵਿਧਾ ਕੇਂਦਰ ਬਣੇ ਹੋਏ ਨੇ, ਉੱਥੇ ਕੋਈ ਫਾਰਮ ਜਾਂ ਕੋਈ ਕਾਰਡ ਬਣਵਾਉਣ ਵਾਸਤੇ ਤੁਸੀਂ ਗਏ ਹੋ? ਫਾਰਮ ਭਰਾ ਲੈਂਦੇ ਨੇ, ਲੈਣਾ ਚ ਲਾ ਦਿੰਦੇ ਨੇ, ਫਾੜ ਕੇ ਸਿੱਟ ਦਿੰਦੇ ਨੇ, ਸਾਨੂੰ ਤਾਂ ਅੱਜ ਤੱਕ ਕੁਝ ਉਹ ਨਹੀਂ ਸਹੂਲਤ ਮਿਲੀ। ਠੀਕ ਹੈ ਜੀ, ਲਾਲ ਕਾਪੀਆਂ ਬਣਵਾਈਆਂ ਨੇ, ਕਹਿੰਦੇ 500 ਰੁਪਇਆ ਦਿਓ, 500 ਰੁਪਇਆ ਦਈਏ ਨਾ, ਲਾਲ ਕਾਪੀ ਬਣੇ ਨਾ। ਠੀਕ ਹੈ ਜੀ, ਹੋਰ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ? ਹੋਰ ਕੀ ਕਹਿਣਾ ਚਾਹੁੰਦੇ ਆ, ਵੀ ਸਾਨੂੰ ਸਹੂਲਤਾਂ ਦਿੱਤੀਆਂ ਜਾਣ ਗਰੀਬਾਂ ਨੂੰ, ਜਿਹੜੇ ਇੰਨੇ ਇਮਾਰਤੀ ਪੈਂਟਰ ਤੁਰੇ ਫਿਰਦੇ ਨੇ, ਘੱਟੋ ਘੱਟ 500 ਬੰਦਾ ਆ ਮਾਰਤੀ ਪੈਂਟਰ, ਜਿਹਨਾਂ ਚੋਂ 10 ਦਾ ਕੰਮ ਚੱਲਦਾ ਹੋਊਗਾ, 400 ਸਾਢੇ 400 ਪੌਣੇ 500 ਬੰਦਾ ਵਿਹਲਾ ਫਿਰਦਾ ਪਿਆ। ਠੀਕ ਹੈ ਜੀ,